23 ਸਾਲ ਦੇ ਮੁੰਡੇ ਦੀ ਜਾਨ ਉਸਦੀ ਪਤਨੀ ਦੇ ਵੱਲੋਂ ਆਪਣੇ ਦੋ ਆਸ਼ਿਕਾਂ ਦੇ ਨਾਲ ਮਿਲ ਕੇ ਲਈ ਗਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਪਤਨੀ ਦੇ ਪਿੰਡ ਦੇ ਹੀ ਰਹਿਣ ਵਾਲੇ ਦੋ ਬੰਦਿਆਂ ਦੇ ਨਾਲ ਗਲਤ ਸੰਬੰਧ ਸੀ। ਰੋਕਣ ਦੇ ਬਾਵਜੂਦ ਵੀ ਇਹ ਪਤਨੀ ਰੁਕ ਨਹੀਂ ਰਹੀ ਸੀ, ਨਾ ਤਾਂ ਇਸ ਨੂੰ ਆਪਣੇ ਬੱਚਿਆਂ ਦੀ ਪਰਵਾਹ ਸੀ ਅਤੇ ਨਾ ਹੀ ਪਤੀ ਦੀ। ਉਸਦਾ ਕਹਿਣਾ ਸੀ ਕਿ ਮੈਂ ਆਪਣੇ ਪ੍ਰੇਮੀ ਦੇ ਨਾਲ ਹੀ ਰਹਿਣਾ ਅਤੇ ਹਰ ਹਾਲ ਦੇ ਵਿੱਚ ਉਸ ਦੇ ਨਾਲ ਰਹਿਣ ਦੀ ਖਾਤਰ ਹੀ ਉਸਨੇ ਆਪਣੇ ਪਤੀ ਦੀ ਆਸ਼ਿਕਾਂ ਦੇ ਨਾਲ ਮਿਲ ਕੇ ਜਾਨ ਲਈ ਹੈ। ਇਹ ਸਾਰੇ ਵੱਡੇ ਇਲਜ਼ਾਮ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ। ਨਾਲ ਹੀ ਦੱਸਿਆ ਕਿ ਕਿੰਝ ਘਰ ਦੇ ਵਿੱਚ ਵੜ ਕੇ ਆਸ਼ਿਕਾਂ ਦੇ ਵੱਲੋਂ ਅਜਿਹਾ ਕੀਤਾ ਗਿਆ ਅਤੇ ਜਦੋਂ ਪਰਿਵਾਰਕ ਮੈਂਬਰ ਉਹਨਾਂ ਦੇ ਪਿੱਛੇ ਭੱਜੇ ਤਾਂ ਉਹ ਹੱਥੋਂ ਪਾਈ ਕਰਨ ਤੋਂ ਬਾਅਦ ਪਿੰਡ ਤੋਂ ਬਾਹਰ ਤੱਕ ਦੌੜ ਚੁੱਕੇ ਸਨ। ਦੱਸਦੀ ਕਿ ਖਬਰ ਫਿਰੋਜ਼ਪੁਰ ਦੇ ਪਿੰਡ ਕਾਲੂਵਾਲ ਤੋਂ ਸਾਹਮਣੇ ਆਈ, ਜਿੱਥੇ ਕਿ ਜਵਾਨ ਮੁੰਡੇ ਦੇ ਜਾਣ ਤੋਂ ਬਾਅਦ ਉਸਦੀਆਂ ਭੈਣਾਂ ਅਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਮ ਸੁਮਿਤਰਾ। ਸੁਮਿਤਰਾ, ਕਿੱਥੇ ਰਹਿੰਦੇ ਹੋ? ਕਾਲੂਵਾਲ ਟਾਣੀ ਤੇ। ਹਾਂਜੀ, ਜਿਹੜਾ ਕਤਲ ਹੋਇਆ ਇਹ ਕਿੱਦਾਂ ਹੋਇਆ ਤੇ ਕਿੰਨੀ ਉਮਰ ਦੇ ਮੁੰਡੇ ਦੇ ਕੀ ਨਾਮ ਸੀ? ਇਹ ਮਲੋਕ ਸਿੰਘ ਸੀ ਤੇ ਦੋਤਰਾ ਸਾਡਾ ਸੀ। ਕਿੰਨੀ ਦੇ ਹੋ ਗਈ ਵਿਆਹ ਇਹਦਾ? ਇਹ ਵਿਆਹ ਨੂੰ ਕਿੰਨੇ ਕੁ ਸਾਲ, ਮੈਨੂੰ 7 ਸਾਲ ਹੋ ਗਏ। 7 ਸਾਲ ਹੋ ਗਏ ਨੇ। ਕਤਲ ਕਿੰਨੇ ਕਰਵਾਇਆ? ਤੇ ਕਤਲ ਇਹਨੇ ਛਿੰਦਰ ਸਿੰਘ ਨੇ, ਛਿੰਦਰ ਸਿੰਘ ਤੇ ਜਿਹੜਾ ਦੂਜਾ ਅਮਨ ਸਿੰਘ ਤੇ ਇਹਨੇ ਦੂਜੀ ਪ੍ਰਿੰਕਾ ਬਾਈ, ਇਹਨਾਂ ਕਤਲ ਕਰਾਇਆ ਰਲ ਤੇ। ਇਹ ਪਰ ਨੇੜੇ ਸਾਡੀ ਟਾਣੀ ਦੇ ਰਹਿਣ ਵਾਲੇ ਨੇ। ਇਹਦੇ ਨਾਲ ਚੱਕਰ, ਉਹ ਧੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ, ਹਾਂ, ਤੇ ਅਮਨ ਸਿੰਘ ਨਾਲ ਦੋ ਨਾਲ ਤੇ ਖੀਰ ਤੇ ਉਹਨਾਂ ਰੋਂਦੀ ਸੀ, ਬਹੁਤ ਹੀ ਰੋਂਦੀ ਸੀ। ਕਹਿੰਦੀ ਮੈਂ ਜਾਣਾ ਹੀ ਉੱਥੇ, ਮੈਂ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਉਹਦੇ ਕੋਲ। ਉਹਦਾ ਪਿਓ ਵੀ ਆਉਂਦਾ ਸੀ, ਇਹ ਛਿੰਦਰ ਉਠਾ ਲਓ ਤੇ ਅਸੀਂ, ਮੈਂ ਵੀ ਕਿਹਾ ਛਿੰਦਰ ਉਠਾ ਲਓ, ਆਉਂਦਾ ਨਹੀਂ, ਛਿੰਦਰ ਹਟਦਾ ਨਹੀਂ। ਹਾਂ, ਉਹਦਾ ਪਿਓ ਰੋਕਦਾ ਸੀ ਛੋਕਰੇ ਨੂੰ ਤੇ ਉਹ ਰੁਕਦਾ ਨਹੀਂ ਸੀ। ਉਹ ਆਉਂਦਾ ਸੀ, ਮੈਂ ਆਖ ਦੂਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਰੇਦਾ, ਤੇ ਉਹਨੇ ਆਖ ਮਰਨਾ ਹੀ ਇਹਨੇ ਕੁੱਤੇ ਦੀ ਮੌਤ ਏ, ਤੇ ਆਉਂਦਾ ਹੱਥ ਦੇ ਰੋਕਿਆ ਨਹੀਂ ਰੁਕਦਾ ਤੇ ਇਹ ਰੁਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲਓ ਇਹਦੇ ਨਾਲ। ਤੇ ਮੈਂ ਜਦੋਂ ਕੋਈ ਨਾ ਹੋ ਗਿਆ ਨਾ, ਅਸੀਂ ਨਹੀਂ ਬਸ਼ਕਣਾ। ਆਂਦਾ ਨਾ ਬਸ਼ਕੋ ਦੇ। ਉਹਦੇ ਪਿਓ ਨੇ ਇਹ ਗੱਲ ਕੀਤੀ ਏ, ਆ ਮੁੰਡੇ ਦੇ ਪ੍ਰੇਮ ਸਿੰਘ ਨੇ ਤੇ ਮਾਰ ਕੇ ਗਏ ਨੇ ਉਹਨਾਂ, ਬਸ ਇਹਨਾਂ ਰਲ ਮਿਲ ਕੇ ਤੇ ਤਿੰਨਾਂ ਜਣਿਆ ਤੇ ਇਹਨੂੰ ਮਾਰ ਖਪਾਇਆ ਨੇ। ਉਹਨੇ ਆਖੇ ਟੁਰਨ ਜੋਗਾ ਨੀ ਮੁੰਡਾ, ਕਿਤੇ ਹੋਰ ਨਾ ਕਿਤੇ ਕਾਰਨ ਕਰ ਦੇਵੇ ਤੇ ਅਸੀਂ ਵਧਿਆ ਹੱਥ ਨਹੀਂ ਆਉਣ ਤੇ ਅਸੀਂ ਪਹਿਲੇ ਇਹਨੂੰ ਮਾਰ ਦਈਏ। ਇਹ ਮੁੰਡੇ ਨੂੰ ਤਾਂ ਮਾਰਿਆ ਗਿਆ। ਹਾਂ, ਰਾਹ ਵੀ ਰੋਕਦਾ ਸੀ, ਅੰਦਰ ਵੀ ਕੁੱਟ ਮਾਰ, ਉੱਥੇ 2-3 ਵਾਰੀ ਇਹਦੇ ਮਗਰ ਲੱਗੇ ਨੇ ਮਲੂਕ ਸਿੰਘ ਦੇ ਮਾਰਨ ਵਾਸਤੇ। ਹਾਂ, ਮਾਰਦੇ ਸੀ ਉਹਦੀ ਬੁੜੀ ਜੋ ਮੱਲੀ ਫਿਰਦੇ ਸੀ ਤਾਂ ਮਾਰ, ਇਹ ਰੋਕਦਾ ਸੀ ਤੇ ਆਖੇ ਨੀ ਲੱਗਦੀ ਸੀ। ਉਹ ਆਂਦੀ ਮੈਂ ਜਾਣਾ ਤੇ ਜਾਣਾ ਛਿੰਦਰ ਕੋਲ, ਉਹ ਵੀ ਨਹੀਂ ਹਟਦੀ ਸੀ ਮਲੂਕ ਦੇ ਘਰ ਵਾਲੀ ਪਿੰਕਾ ਬਾਈ। ਕੀ ਕੀਤਾ ਤੇ ਹੁਣ ਆਪੇ ਜਿਹੜੀ ਨਸੀਹ ਦੇ ਮਿਲਣੀ ਚਾਹੀਦੀ ਏ। ਤਿੰਨਾਂ ਨੇ, ਤਿੰਨਾਂ ਰਲ ਕੇ, ਬਾਕੀ ਅਸੀਂ ਵੀ ਨੀ ਆਪਣੇ, ਉਹਨੇ ਆਪ ਹੀ ਹਾਰਾ ਕੀਤਾ, ਉਹਨਾਂ ਹੀ ਲਾ ਲੂ ਲੈ। ਹਾਂ, ਮੌਜੂਦਾ ਬਣਾਉਣੀ ਚਾਹੀਦੀ, ਵੱਧੇ ਵੱਜਣੇ ਚਾਹੀਦੇ ਨੇ ਤਿੰਨੇ ਹੀ, ਇਹ ਨਿਕਲਣੇ ਨੀ ਚਾਹੀਦੇ, ਸਜ਼ਾ ਫੁੱਲ ਹੋਣੀ ਚਾਹੀਦੀ। ਹਾਂ, ਸੀਮਾ। ਸੀਮਾ, ਕੀ ਲੱਗਦਾ ਸੀਗਾ ਇਹ ਸਾਡਾ ਬ੍ਰਦਰ ਏ? ਕੀ ਨਾਮ ਸੀ? ਮਲੂਕਾ ਸਿੰਘ। ਮਲੂਕਾ ਸਿੰਘ, ਮਲੂਕਾ ਸਿੰਘ। ਹਾਂਜੀ, ਕਿੰਨੀ ਉਮਰ ਸੀ ਇਹਦੀ? 22-23 ਸਾਲ। ਹਾਂਜੀ, ਵਿਆਹਿਆ ਹੋਇਆ ਸੀ। ਕੀ ਹੋਇਆ, ਕਿਹਨੇ ਮਰਵਾਇਆ? ਉਹਦੇ ਦੁਸ਼ਮਣਾਂ ਨੇ ਮਰਵਾਇਆ ਏ। ਕੀ ਕਾਰਨ? ਉਹਦੀ ਘਰ ਵਾਲੀ ਨਾਲ ਕੋਈ ਮੁੰਡਾ ਧੱਕੇ ਖਾਂਦਾ ਸੀ, ਦੋ ਬੰਦੇ ਸੀ ਉਹਦੇ ਮਗਰ ਪਏ ਹੋਏ ਸੀ। ਹਾਂ, ਪਿੰਡ ਦੇ ਨੇ, ਵਿੱਚ ਪਿੰਡ ਦੇ ਰਹਿੰਦੇ ਨੇ ਆਪਣੇ, ਰਾਵਾਂ ਦਾ ਇੱਕ, ਚੌਧਰੀਆਂ ਦਾ ਮੁੰਡਾ, ਕਮੋਵਾਂ ਦਾ ਏ।
ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ, ਗਰਦਨ ਕੁੱਟੀ ਨੇ ਰਾਤ ਆ ਕੇ ਘਰੇ ਬੁਲਾਉਂਦੇ। ਹਾਂ ਰਾਤ ਘਰੇ ਆ ਕੇ ਕੁੱਟੀ ਨੇ, ਘਰ ਵਾਲੀ ਘਰੇ ਬੁਲਾਉਂਦੀ। ਹਾਂ ਘਰੇ ਬੁਲਾਉਂਦੀ ਸੀ, ਕਹਿੰਦੀ ਸੀ ਮੈਂ ਇਹਨਾਂ ਨੂੰ 2 ਸਾਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚੇ ਵਿੱਚ ਦੱਸਦਾ ਸੀ, ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਆਉਂਦੇ ਸੀ ਘਰੇ ਐਵੇਂ ਕਰਦਾ ਏ, ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਕਹਿੰਦੇ ਗੱਲਾਂ ਸੱਚ ਨੇ। ਅਸੀਂ ਮੋਬਾਈਲਾਂ ਫੜੀਆਂ ਨੇ, 3-4 ਮੋਬਾਈਲਾਂ ਫੜ ਲਈਆਂ ਨੇ। ਹਾਂਜੀ ਹਾਂ ਮੋਬਾਈਲਾਂ ਉਹਨਾਂ ਦਿੱਤੀਆਂ ਨੇ, ਮਾਰਿਆ ਵੀ ਇਹਨਾਂ ਨੇ। ਸਾਨੂੰ ਇਨਸਾਫ਼ ਚਾਹੀਦਾ ਏ, ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਹਾਂ, ਸੱਜੀ ਮਿਹਨਤ ਕਰ ਤੇ ਖਾਵਣ ਵਾਲੇ ਹਾਂ, ਸਾਨੂੰ ਲੜਕੀਆਂ ਦਾ ਇਨਸਾਫ਼ ਮਿਲਣਾ ਚਾਹੀਦਾ। ਜਿਹੜੀਆਂ 2 ਬੱਚੀਆਂ ਨੇ ਪਤੀ ਵਿੱਚ ਰੋੜਾ ਬਣਦਾ ਸੀ ਮੇਰਾ ਵੀਰਾ ਭੱਜ ਗਿਆ ਏ ਵੱਡਾ, ਉਹਨੇ ਬੂਹੇ ਨੂੰ ਤੱਕਾ ਮਾਰਿਆ, ਮੁੰਡੇ 2 ਜਿਹੜੇ ਨੇ ਭੱਜ ਗਏ, ਉਹਨਾਂ ਦੇ ਮਗਰੇ ਲੱਗ ਗਏ ਨੇ। ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਉਹ ਪਿੰਡ ਤੋਂ ਬਾਹਰ ਤੱਕ ਭੱਜ ਕੇ ਗਏ ਨੇ। ਜਿਹੜਾ ਮੁੰਡਾ ਸੀ ਕੁੜੀ ਨਾਲ ਤੱਕੇ ਖਾਂਦਾ ਸੀ, ਉਹਦੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫੜ ਕੇ ਗਲ ਵੀ ਪਿਆ ਏ। ਹਾਂ ਕੁੱਟ ਮਾਰ ਕੀਤੀ ਸੀ। ਮੇਰਾ ਵੀਰਾ ਵੱਡਾ ਨਸ਼ਾ ਖਾਂਦਾ ਸੀ, ਕਮਜ਼ੋਰ ਸੀ, ਨੇ ਛੱਡ ਕੇ ਤੇ ਘਰਾਂ ਨੂੰ ਵਾਪਸ ਮੋੜ ਆਇਆ ਏ। ਉਹ ਤਗੜੇ ਸੀ ਕਮਜ਼ੋਰਾ ਸੀ, ਫੜੇ ਜਾਵਣ ਦੂਜੇ ਵੀ। ਸਾਨੂੰ ਸਖ਼ਤ ਕਾਰਵਾਈ ਚਾਹੀਦੀ ਏ, ਸਾਨੂੰ ਸਾਫ ਚਾਹੀਦਾ ਏ, ਤਿੰਨਾਂ ਨੂੰ ਸਜ਼ਾ ਆਉਣੀ ਚਾਹੀਦੀ ਏ। ਅੱਜ ਸਾਡੇ ਬੱਚੇ ਰੁਲੇ ਨੂੰ ਉਹਨਾਂ ਦੇ ਬੱਚੇ ਵੀ ਰੁਲਣੇ ਚਾਹੀਦੇ ਨੇ। ਜਿਹੜਾ ਜੱਟਾ ਕਮੋਵਾ ਦਾ ਮੁੰਡਾ ਉਹਨੂੰ ਵੀ ਸਜ਼ਾ ਆਉਣੀ ਚਾਹੀਦੀ, ਜਿਹੜਾ ਛਿੰਦਰ ਸਿੰਘ ਉਹਨੂੰ ਵੀ ਸਜ਼ਾ ਆਉਣੀ ਚਾਹੀਦੀ ਏ। ਪਿੰਕਾ ਰਾਣੀ ਤੋਂ ਹੀ ਜਾਣੀ ਸਜ਼ਾ। ਗੁਰਨਾਮ ਕੌਰ ਪਿੰਡ ਕਾਲੂਵਾਲ ਚੁੱਕ ਗਿਆ। ਇਹ ਵੀਰੇ ਕਤਲ ਨਾਮ ਕੀਤਾ, ਤੈਨੂੰ ਪਤਾ ਹੀ ਕਤਲ ਕਿਹਨੇ ਕੀਤਾ ਤੇ ਕੀ ਹੋਇਆ? ਇਹ ਸ਼ਿੰਦਰ ਸਿੰਘ ਤੇ ਵੀ ਅਮਨ ਸਿੰਘ ਪਿੰਕਾ ਰਾਣੀ। ਕਤਲ ਕਿੰਦਾ ਹੋਇਆ ਤੇ ਕਿਹਨੇ? ਮਲੋਕ ਸਿੰਘ। ਕਿਹਨੇ ਕਰਵਾਇਆ? ਇਹ ਪਿੰਕਾ ਰਾਣੀ ਨਾਲ ਰਲ ਤੇ ਕਰਵਾਇਆ। ਕੀ ਲੱਗਦੀ ਜੀ ਘਰ ਵਾਲੀ? ਕੀ ਚੱਕਰ ਕੀ ਕਰ? ਇਹੋ ਹੀ ਫਰਮਾਨ ਦਾ ਇਹਦਾ ਰੋਲਾ ਸੀ, ਇਹੋ ਹੀ ਗੱਲ ਦਾ। ਹਾਂਜੀ ਕਿੰਨੀ ਦੇਰ ਦੇ ਸਵਾਲ? 2-2.5 ਸਾਲ ਤੱਕ ਹੋ ਗਿਆ। ਆਪਣੇ ਕੰਨੀ ਕੁੱਟ ਕੇ ਮਾਰਨ ਲਟਕਾ। ਹਾਂਜੀ ਮੌਕੇ ਤੇ ਗਏ ਸੀ, ਭੱਜ ਗਏ ਅਸੀਂ ਸਾਰੇ ਹੀ ਗਏ ਸੀ। ਉਹ ਭੱਜ ਗਏ ਸੀ, ਭੱਜੇ ਮਗਰ ਉਹਨਾਂ ਦੇ। ਹਾਂਜੀ ਸਹੁਰਾ ਤੇ ਜੇਠ ਭੱਜ ਚੁੱਕੇ ਨੇ, ਭਰਾ ਮੁੰਡੇ ਦਾ, ਦੋਨੇ ਜਣੇ ਤੁਹਾਡੇ ਪੱਖੇ ਇੱਥੇ ਹੋ ਗਏ ਨੇ, ਅੱਗੂ ਗਏ ਨੇ ਤਾਂ ਜਦੋਂ। ਹਾਂਜੀ ਮੰਗੇ ਆਪਣੇ ਨਾਲ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ। ਹਾਂਜੀ ਸਰ, ਜਿਹੜੇ ਮਾਮਲਾ ਦਰਜ ਹੈ ਪਤਨੀ ਨੇ ਆਪਣੀ ਪਤੀ ਦਾ ਨੰਬਰ ਲੈ ਕੇ, ਇਹ ਪ੍ਰਿੰਕਾ ਨਾਂ ਦੀ ਜਨਾਨੀ ਸੀਗੀ, ਉਹਦਾ ਕਰਲਾ ਮਲੂਕ ਸਿੰਘ ਸੀਗਾ ਜੀ, ਉਹਦੇ ਪ੍ਰਿੰਕਾ ਦੇ ਛਿੰਦਰ ਸਿੰਘ ਨਾਂ ਦੇ ਛਿੰਦਰ ਸਿੰਘ ਪੁੱਤਰ, ਉਹਦਾ ਪੁੱਤਰ ਪ੍ਰੇਮ ਸਿੰਘ ਵਾਸੀ ਹੱਬੀ ਵਾਲਾ, ਨਾ ਨਜਾਇਜ਼ ਸੰਬੰਧ ਸੀਗੇ, ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ 'ਚ ਮਤਲਬ ਟਕਰਾਅ ਵੀ ਹੋਇਆ। ਬੀਤੀ ਰਾਤ ਉਹਨੇ ਆਪਣੀ ਇਸ ਮਤਲਬ ਪਤਨੀ ਦੇ ਪ੍ਰਿੰਕਾ ਦੇ ਅਤੇ ਉਹਦੇ 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 ਯਾਰ ਦੇ ਸੰਬੰਧਕ ਨੰਬਰ 127 ਮਿਤੀ ਅੱਜ ਦੀ
ਦੁਤੀ 25-7-24 ਅੰਡਰ ਸੈਕਸ਼ਨ 108 3-5 BNS ਥਾਣਾ ਸਦਰ ਫਿਰੋਜ਼ਪੁਰ ਰਜਿਸਟਰ ਕੀਤਾ ਗਿਆ, ਜਿਹਦੀ ਤਫਤੀਸ਼ ਜਾਰੀ ਹੈ। ਨਹੀਂ ਜੀ, ਹਾਲੇ ਗ੍ਰਿਫਤਾਰੀ ਨਹੀਂ ਹੋਈ। ਗ੍ਰਿਫਤਾਰੀ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ, ਜੋ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਏਗਾ। ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ।